ਬਹੁਤ ਹੀ ਪਿਆਰੇ ਬੱਚਿਓ ਆਓ ਅੱਜ ਆਪਾਂ 6ਵੀਂ ਜਮਾਤ ਦਾ ਪਾਠ ਪਿੰਡ ਈਉਂ ਬੋਲਦਾ ਹੈ ਜੋ ਕਿ ਪਾਠ ਨੰਬਰ 21 ਦੇ ਤੌਰ ਤੇ ਦਰਜ ਹੈ ਪੜ੍ਹੀਏ ਦੀਪ ਨੂੰ ਸਕੂਲ ਵਿੱਚ ਛੁੱਟੀਆਂ ਹੋ ਗਈਆਂ ਸਨ ਉਹ ਮਾਡਲ ਸਕੂਲ ਵਿੱਚ ਪੜਦਾ ਸੀ ਉਸਦੇ ਦੋਸਤ ਕਿਧਰੇ ਨਾ ਕਿਧਰੇ ਸੈਰ ਕਰਨ ਜਾ ਰਹੇ ਸਨ ਉਹ ਵੀ ਚਾਹੁੰਦਾ ਸੀ ਕਿ ਕਿਸੇ ਵੱਡੇ ਸ਼ਹਿਰ ਜੈਪੂਰ ਜੋਧਪੁਰ ਪਾਲੰਪੁਰ ਜਾਂ ਪੰਗਲੌਰ ਬੈਂਗਲੁਰੂ ਜਾਵੇ ਸਕੂਲੋਂ ਘਰ ਪਹੁੰਚਦਿਆਂ ਹੀ ਉਸਨੇ ਆਪਣੇ ਪਾਪਾ ਨੂੰ ਪੁੱਛਿਆ ਪਾਪਾ ਅਸੀਂ ਛੁੱਟੀਆਂ ਵਿੱਚ ਘੁੰਮਣ ਕਿੱਥੇ ਜਾਵਾਂਗੇ ਛੁੱਟੀਆਂ ਤਾਂ ਅੱਜ ਤੋਂ ਹੀ ਹੋ ਗਈਆਂ ਹਨ ਪਾਪਾ ਉਸਦੀ ਗੱਲ ਸੁਣ ਕੇ ਮੁਸਕਰਾਏ ਤੇ ਕਹਿਣ ਲੱਗੇ ਬੇਟਾ ਮੈਂ ਸੋਚਦਾ ਹਾਂ ਕਿ ਐਤ ਕੀ ਤੁਹਾਨੂੰ ਪਿੰਡ ਦੀ ਸੈਰ ਕਰਾਈ ਜਾਵੇ ਪਿੰਡ ਜਿੱਥੇ ਤੇਰੇ ਦਾਦਾ ਦਾਦੀ ਤੇ ਤਾਇਆ ਤਾਈ ਰਹਿੰਦੇ ਹਨ ਲੈ ਬੱਸ ਪਿੰਡ ਹੀ ਮੇਰਾ دوست ਰਮਨ ਤਾਂ ਜੈਪੁਰ ਜਾ ਰਿਹਾ ਹੈ ਤੇ ਏਕਮ ਤਾਂ ਲੰਡਨ ਕੇਵਲ ਸੈਰ ਕਰਨ ਹੀ ਜਾ ਰਿਹਾ ਹੈ ਤੇ ਮੈਂ ਪਿੰਡ ਉਸਨੇ ਗੁੱਸੇ ਹੁੰਦੇ ਕਿਹਾ beta ਤੂੰ ਪਿੰਡ ਜਾ ਕੇ ਦੇਖ ਤਾਂ ਸਹੀ ਤੈਨੂੰ ਕਿੰਨਾ ਚੰਗਾ ਲੱਗੇਗਾ ਨਹੀਂ ਨਹੀਂ ਮੈਂ ਪਿੰਡ ਨਹੀਂ ਜਾਣਾ ਮਾਸੀ ਜੀ ਦੀ ਬੇਟੀ ਕੰਚੂ ਦਾਸੀ ਸੀ ਕਿ ਪਿੰਡ ਵਿੱਚ ਤਾਂ ਗੋਹੇ ਦੀ ਬਦਬੂ ਆਉਂਦੀ ਰਹਿੰਦੀ ਏ ਹੁਣ ਉਹ ਗੱਲ ਨਹੀਂ ਏ ਬੇਟਾ ਅਸੀਂ ਤਾਂ ਕਾਫੀ ਸਾਲਾਂ ਮਗਰੋਂ ਜਾ ਰਹੇ ਹਾਂ ਹੁਣ ਪਿੰਡ ਵਿੱਚ ਗੋਹੇ ਦੀ ਬਦਬੂ ਨਹੀਂ ਆਉਂਦੀ ਹੁਣ ਤਾਂ ਉੱਥੇ ਗੋਹੇ ਦੀ ਗੈਸ ਬੰਨ ਲੱਗ ਪਈ ਏ ਸਾਰਾ ਗੋਹਾ ਇੱਕ ਥਾਂ ਗੋਬਰ ਗੈਸ ਪਲਾਂਟ ਕੋਲ ਇਕੱਠਾ ਕਰ ਦਿੱਤਾ ਜਾਂਦਾ ਏ ਦੀਪ ਦੀ ਭੈਣ ਰਾਣੂ ਪਾਪਾ ਦੀ ਗੱਲ ਸੁਣ ਕੇ ਬੋਲੀ ਹਾਂ ਪਾਪਾ ਜੀ ਅੱਜ ਕੱਲ ਪਿੰਡਾਂ ਨੇ ਤਾਂ ਬਹੁਤ ਤਰੱਕੀ ਕਰ ਲਈ ਐ ਸਾਡੇ ਇੱਥੇ ਹਰ ਵੇਲੇ ਚੀਕ ਚਿਹੜਾ ਮਿੱਟੀ ਕੱਟਾ ਉੱਡਦਾ ਰਹਿੰਦਾ ਏ ਪਿੰਡਾਂ ਵਿੱਚ ਤਾਂ ਹੁਣ ਪੱਕੀਆਂ ਸੜਕਾਂ ਬਣ ਗਈਆਂ ਨੇ ਤੇ ਉੱਥੇ ਹੁਣ ਧੂੜ ਮਿੱਟੀ ਵੀ ਨਹੀਂ ਹੁੰਦੀ ਭੈਣ ਦੀ ਗੱਲ ਸੁਣ ਕੇ ਦੀਪ ਪਿੰਡ ਜਾਣ ਲਈ ਮੰਨ ਗਿਆ ਦੀਪ ਦੇ ਮਾਤਾ ਜੀ ਨੇ ਪਿੰਡ ਜਾਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਦੂਜੇ ਦਿਨ ਉਹ ਆਪਣੀ ਕਾਰ ਰਾਹੀਂ ਪਿੰਡ ਨੂੰ ਤੁਰ ਪਏ ਤੇ ਸ਼ਾਮ ਨੂੰ ਕੁਸਮੁਸੇ ਤੱਕ ਪਿੰਡ ਪਹੁੰਚ ਗਏ ਉਹਨਾਂ ਨੂੰ ਦੇਖ ਕੇ ਦੀਪ ਦੇ ਦਾਦਾ-ਦਾਦੀ ਤੇ ਤਾਇਆ-ਤਾਈ ਤੇ ਉਹਨਾਂ ਦੇ ਬੱਚੇ ਰੇਨੂ ਤੇ ਰਾਜ ਬਹੁਤ ਖੁਸ਼ ਹੋਏ ਦੇਖਦੇ ਆਂ ਦੇਖਦੇ ਆਂ ਪਿੰਡ ਦਾ ਵੇੜਾ ਲੋਕਾਂ ਨਾਲ ਭਰ ਗਿਆ ਸਾਰੇ ਉਹਨਾਂ ਦਾ ਹਾਲ-ਚਾਲ ਪੁੱਛ ਰਹੇ ਸਨ ਬੱਚਿਆਂ ਦੇ ਸਿਰਾਂ ਤੇ ਹੱਥ ਰੱਖ ਪਿਆਰ ਦੇ ਰਹੀ ਸਨ ਦੀਪ ਆਪਣੀ ਭੈਣ ਨੂੰ ਕਹਿਣ ਲੱਗਾ ਭੈਣ ਸ਼ਹਿਰ ਵਿੱਚ ਤਾਂ ਐ ਕਦੀ ਨਹੀਂ ਹੁੰਦਾ ਭੈਣ ਨੇ ਸਮਝਾਇਆ ਦੀਪ ਇਹੀ ਤਾਂ ਫਰਕ ਹੈ ਪਿੰਡਾਂ ਤੇ ਸ਼ਹਿਰਾਂ ਦਾ ਇੱਥੇ ਆਪਸ ਵਿੱਚ ਆਂਡ ਗੁਆਂਡ ਦਾ ਬਹੁਤ ਪਿਆਰ ਹੁੰਦਾ ਏ ਐਨੇ ਨੂੰ ਰੇਨੂ ਤੇ ਰਾਜ ਭੱਜੇ ਭੱਜੇ ਉਹਨਾਂ ਕੋਲ ਆਏ ਤੇ ਕੰਨ ਵਿੱਚ ਕਹਿਣ ਲੱਗੇ ਆਪਾਂ ਸਵੇਰੇ ਸਵੇਰੇ ਨਹਿਰ ਤੇ ਜਾਵਾਂਗੇ ਉਥੇ ਖੂਬ ਮौज-ਮਸਤੀ ਕਰਾਂਗੇ ਉਥੇ ਨੇੜੇ ਹੀ ਬੋਹੜ ਉੱਤੇ ਅਸੀਂ ਪੇਂਗ ਵੀ ਪਾਈ ਹੋਈ ਐ ਝੂਟੇ ਲਵਾਂਗੇ ਗੱਲਾਂ ਕਰਦੇ ਕਰਦੇ ਉਹ ਰਾਤ ਨੂੰ ਸੌਂ ਗਏ ਸਵੇਰੇ ਚਿੜੀਆਂ ਦੀ ਚੀਂ-ਚੀਨੀ ਰੁੱਖਾਂ ਦੀ ਸਰਸਰਾਹਟ ਨੇ ਗੱਲੜਾਂ ਦੀ ਟਪੂਸੀਆਂ ਨੇ ਉਹਨਾਂ ਨੂੰ ਆਪਣੇ ਆਪ ਹੀ ਜਗਾ ਦਿੱਤਾ ਤੇ ਉਹ ਸਾਰੇ ਨਹਿਰ ਵੱਲ ਨੂੰ ਸੈਰ ਕਰਨ ਤੁਰ ਪਏ ਥੱਕ ਟੁੱਟ ਕੇ ਨੱਚਦੇ ਟੱਪਦੇ ਉਹ ਵਾਪਸ ਮੁੜੇ ਤਾਂ ਉਹਨਾਂ ਨੂੰ ਮਿਸੀਆਂ ਵੇਸਣ ਪਿਆਜ਼ ਵਾਲੀਆਂ ਰੋਟੀਆਂ ਨਾਲ ਤਾਜ਼ੀ ਲੱਸੀ ਤੇ ਮੱਖਣ ਜੋ ਉਸਦੇ ਦਾਦੀ ਜੀ ਨੇ ਸਵੇਰੇ ਸਵੇਰੇ ਦੁੱਧ ਰੜਕ ਕੇ ਕੱਢਿਆ ਸੀ ਖਾਣ ਨੂੰ ਮਿਲਿਆ ਦੀਪ ਨੂੰ ਮਿਸੀ ਰੋਟੀ ਬਹੁਤ ਸਵਾਦ ਲੱਗੀ ਉਸ ਆਪਣੇ ਦਾਦੀ ਜੀ ਨੂੰ ਕਿਹਾ ਸ਼ਹਿਰ ਵਿੱਚ ਤਾਂ ਬਾਜ਼ਾਰੀ ਮੱਖਣ ਖਾ-ਖਾ ਕੇ ਮੈਂ ਬਹੁਤ ਆਕ ਗਿਆ ਸੀ ਦਿਨ ਵੇਲੇ ਉਹਨਾਂ ਦੇ ਤਾਇਆ ਜੀ ਸਾਰਿਆਂ ਨੂੰ ਆਪਣੇ ਫਾਰਮ ਤੇ ਲੈ ਗਏ। ਫਲਾਂ ਦੇ ਬੁੱਟੇ ਫਲਾਂ ਨਾਲ ਝੂਲ ਰਹੇ ਸਨ। ਅਮਰੂਦ ਦੇ ਬੁੱਟਿਆਂ ਉੱਤੇ ਤਾਂ ਢੇਰ ਸਾਰੇ ਅਮਰੂਦ ਲੱਗੇ ਹੋਏ ਸਨ ਤੇ ਉਹ ਇੰਨੇ ਨੀਵੇਂ ਸਨ ਕਿ ਭਾਵੇਂ ਹੱਥ ਨਾਲ ਤੋੜ ਲਵੋ। ਦੀਪ ਦੇ ਤਾਇਆ ਜੀ ਦੇ ਲੜਕੇ ਨੇ ਦੱਸਿਆ ਕਿ ਇੰਨਾ ਅਮਰੂਦਾਂ ਵਿੱਚ ਤਾਂ ਕਿਹੜਾ ਨਹੀਂ ਹੁੰਦਾ ਕਿਉਂਕਿ ਇੱਥੇ ਜਿੰਨੇ ਵੀ ਬੁੱਟੇ ਲਾਏ ਗਏ ਹਨ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀਆਂ ਹਦਾਇਤਾਂ ਅਨੁਸਾਰ ਹੀ ਲਾਏ ਗਏ ਹਨ ਯੂਨੀਵਰਸਿਟੀ ਦੇ ਸੁਝਾਵਾ ਅਨੁਸਾਰ ਹੁਣ ਜੈਵਿਕ ਖੇਤੀ ਦਾ ਰੁਝਾਨ ਹੋ ਗਿਆ ਹੈ ਤਾਇਆ ਜੀ ਪਾਪਾ ਨੂੰ ਦੱਸ ਰਹੇ ਸਨ ਐਤਕੀ ਕਣਕ ਦਾ ਝਾੜ ਵੀ ਬਹੁਤ ਸੀ ਖੇਤੀਬਾੜੀ ਮਾਹਰ ਇੱਥੇ ਆਏ ਸਨ ਉਹਨਾਂ ਅਨੁਸਾਰ ਹੀ ਬਿਜਾਈ ਵਗੈਰਾ ਕੀਤੀ ਸੀ ਸ਼ਾਮ ਨੂੰ ਤਾਈ ਜੀ ਨੇ ਖੇਤਾਂ ਤੋਂ ਤਾਜ਼ਾ ਤਾਜ਼ਾ ਸਾਗ ਤੋੜ ਕੇ ਲਿਆਂਦਾ ਤੇ ਬਣਾਇਆ ਰਾਤੀ ਸਾਗ ਨਾਲ ਮੱਕੀ ਦੀਆਂ ਰੋਟੀਆਂ ਪਕਾਈਆਂ ਸਾਰਿਆਂ ਨੇ ਬੜੇ ਸਵਾਦ ਨਾਲ ਸਾਗ ਤੇ ਮੱਕੀ ਦੀ ਰੋਟੀ ਖਾਧੀ ਅਗਲੇ ਦਿਨ ਉਹਨਾਂ ਨੇ ਦਰਿਆ ਵਿੱਚ ਲੱਕੀ ਪਣ ਚੱਕੀ ਦੇਖੀ ਤੇਲ ਕੱਢਣ ਵਾਲੀ ਚੱਕੀ ਦੇਖੀ ਜੋ ਸ਼ਾਮ ਵੇਲੇ ਖਾਸ ਕਿਸਮ ਦਾ ਸੰਗੀਤ ਪੈਦਾ ਕਰਦੀਆਂ ਹਨ ਉੱਥੇ ਨੇੜੇ ਹੀ ਇੱਕ ਪੋਲਟਰੀ ਫਾਰਮ ਸੀ ਤਾਇਆ ਜੀ ਸਭ ਬੱਚਿਆਂ ਨੂੰ ਉੱਥੇ ਲੈ ਗਏ ਕੁੱਕੜੀਆਂ ਕਿੱਥੇ ਆਂਡੇ ਦਿੰਦੀਆਂ ਹਨ ਉਹਨਾਂ ਦੀ ਖੁਰਾਕ ਦਾ ਇੰਤਜ਼ਾਮ ਪਾਣੀ ਦਾ ਇੰਤਜ਼ਾਮ ਸਾਫ਼ ਸਫਾਈ ਆਦ ਉਹਨਾਂ ਨੇ ਸਭ ਕੁਝ ਦੇਖਿਆ ਸਭ ਨੇ ਰਲ ਮਿਲ ਕੇ ਖੂਬ ਮौज-ਮਸਤੀ ਕੀਤੀ ਕਿਉਂ ਹਰ ਰੋਜ਼ ਕੁਝ ਨਾ ਕੁਝ ਨਵਾਂ ਦੇਖਦੇ ਹਫ਼ਤਾ ਲੰਘ ਗਿਆ ਹੁਣ ਤਾਂ ਦੀਪ ਕਹਿ ਰਿਹਾ ਸੀ ਪਾਪਾ ਅਜੇ ਤਾਂ ਹੋਰ ਵੀ ਕਈ ਕੁਝ ਦੇਖਣ ਵਾਲਾ ਰਹਿ ਗਿਆ ਏ ਤੇ ਨਾਲੇ ਹੁਣ ਤਾਂ ਸ਼ਹਿਰ ਜਾਣ ਨੂੰ ਵੀ ਦਿਲ ਨਹੀਂ ਕਰਦਾ ਅਗਲੇ ਦਿਨ ਜਦੋਂ ਉਹ ਵਾਪਸ ਜਾਣ ਲੱਗੇ ਤਾਂ ਦਾਦੀ ਜੀ ਨੇ ਗੰਨੇ ਸਾਗ ਮੱਕੀ ਦਾ ਆਟਾ ਦਾਲਾਂ ਤੇ ਕਣਕ ਆਦ ਗੱਡੀ ਵਿੱਚ ਪਹਿਲਾਂ ਹੀ ਰਖਵਾ ਦਿੱਤੀਆਂ ਸਨ ਹੁਣ ਦੀਪ ਆਖ ਰਿਹਾ ਸੀ ਕਿ ਉਹ ਹਰ ਵਾਰ ਛੁੱਟੀਆਂ ਵਿੱਚ ਪਿੰਡ ਆਇਆ ਕਰੇਗਾ ਸੋ ਦੇਖਿਆ ਬੱਚਿਓ ਦੀਪ ਦਾ ਕਿੰਨਾ ਦੇ ਲੱਗਿਆ ਸੀ ਪਿੰਡ ਹਨਾ ਤੇ ਆਪਾਂ ਨੂੰ ਵੀ ਦੇਖਣੇ ਚਾਹੀਦੇ ਨੇ ਪਿੰਡ ਤੇ ਹਰ ਇੱਕ ਚੀਜ਼ ਦੇਖਣੀ ਚਾਹੀਦੀ ਹੈ ਠੀਕ ਹੈ ਸ਼ਹਿਰਾਂ ਵਾਲਿਆਂ ਨੂੰ ਪਿੰਡ ਦੇਖਣੇ ਚਾਹੀਦੇ ਨੇ ਪਿੰਡਾਂ ਵਾਲਿਆਂ ਨੂੰ ਸ਼ਹਿਰ ਦੇਖਣੇ ਚਾਹੀਦੇ ਨੇ ਇਸ ਤਰ੍ਹਾਂ ਆਪਣੀ ਜਾਣਕਾਰੀ ਦੇ ਵਿੱਚ ਵਾਧਾ ਹੁੰਦਾ ਹੈ ਤੇ ਆਓ ਬੱਚਿਓ ਹੁਣ ਆਪਾਂ ਅਭਿਆਸ ਦੇ ਪ੍ਰਸ਼ਨ ਉੱਤਰ ਕਰੀਏ ਪਿੰਡ ਵਿੱਚ ਦੀਪ ਦੇ ਕਿਹੜੇ-ਕਿਹੜੇ ਰਿਸ਼ਤੇਦਾਰ ਰਹਿੰਦੇ ਸਨ ਬੱਚਿਓ ਇਸ ਲਈ ਆਪਾਂ ਨੂੰ ਕੋਈ ਕਿਤਾਬ ਚੱਕਣ ਦੀ ਜ਼ਰੂਰਤ ਨਹੀਂ ਆ ਮਤਲਬ ਮੇਰੇ ਕਹਿਣ ਦਾ ਭਾਵ ਕੋਈ ਜਿਹੜੀ ਆਪਾਂ ਬਾਜ਼ਾਰਾਂ ਦੇ ਵਿੱਚੋਂ ਗਾਈਡ ਲੈ ਕੇ ਆਉਨੇ ਆ ਉਹਨਾਂ ਨੂੰ ਚੱਕਣ ਦੀ ਜ਼ਰੂਰਤ ਨਹੀਂ ਆ ਤੁਹਾਡੀ ਪਾਠ ਪੁਸਤਕ ਦੇ ਵਿੱਚ ਹੀ ਪ੍ਰਸ਼ਨ ਦਿੱਤੇ ਹੁੰਦੇ ਹਨ ਤੇ ਸ਼ੁਰੂ-ਸ਼ੁਰੂ ਚ ਦੇਖਦੇ ਆਪਾਂ ਠੀਕ ਹੈ ਨਾ ਵੀ ਕੌਣ-ਕੌਣ ਰਹਿੰਦਾ ਸੀ ਪਿੰਡ ਦੇ ਵਿੱਚ ਰਹਿੰਦੇ ਸਨ ਠੀਕ ਹੈ ਨਾ ਆਪਾਂ ਦੇਖਿਆ ਵੀ ਦੀਪ ਦੇ ਦਾਦਾ-ਦਾਦੀ ਤੇ ਤਾਇਆ-ਤਾਈ ਰਹਿੰਦੇ ਸਨ ਠੀਕ ਹੈ ਨਾ ਫਿਰ ਉਸ ਤੋਂ ਬਾਅਦ ਅੱਗੇ ਆ ਗਿਆ ਕਿ ਦੀਪ ਦੇ ਦੋਸਤ ਕਿੱਥੇ-ਕਿੱਥੇ ਘੁੰਮਣ ਜਾ ਰਹੇ ਸਨ ਆਪਾਂ ਦੇਖਿਆ ਕੀ ਦੀਪ ਦੇ ਬਹੁਤ ਸਾਰੇ ਦੋਸਤ ਸਨ ਜਿਹੜੇ ਕੀ ਘੁੰਮਣ ਜਾ ਰਹੇ ਸਨ ਕਿੱਥੇ-ਕਿੱਥੇ ਜਾ ਰਹੇ ਸਨ ਉਹ ਕਿਸੇ ਵੱਡੇ ਸ਼ਹਿਰਾਂ ਦੇ ਵਿੱਚ ਜਾ ਰਹੇ ਸਨ ਜੈਪੂਰ, ਜੋਧਪੁਰ, ਪਾਲਨਪੁਰ ਜਾਂ ਬੰਗਲੌਰ, ਬੈਂਗਲੁਰੂ ਜਿਵੇਂ ਕੀ ਇਸ ਤਰ੍ਹਾਂ ਹੋ ਸ਼ਹਿਰਾਂ ਦੇ ਵਿੱਚ ਜਾ ਰਹੇ ਸਨ ਸੋ ਬੱਚਿਓ ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਵੀ ਕਿਹੜਾ ਪ੍ਰਸ਼ਨ ਹੈ ਉਸ ਤੋਂ ਬਾਅਦ ਹੈ ਪਿੰਡ ਵਿੱਚ ਕੋਹੇ ਦੀ ਵਰਤੋਂ ਕਿਸ ਤਰ੍ਹਾਂ ਕੀਤੀ ਜਾਂਦੀ ਹੈ ਬੱਚਿਓ ਜਿਵੇਂ ਆਪਾਂ ਦੇਖਦੇ ਆਂ ਪਿੰਡਾਂ ਦੇ ਵਿੱਚ ਪਹਿਲਾਂ ਪਾਥੀਆਂ ਪੱਤੀਆਂ ਜਾਂਦੀਆਂ ਸਨ ਚੁੱਲ੍ਹੇ ਦੇ ਵਿੱਚ ਲਗਾਈਆਂ ਜਾਂਦੀਆਂ ਸਨ ਤੇ ਹੁਣ ਵੀ ਪਾਥੀਆਂ ਪੱਤੀਆਂ ਜਾਂਦੀਆਂ ਨੇ ਪਰ ਜ਼ਿਆਦਾਤਰ ਜਿਹੜੇ ਲੋਕ ਨੇ ਗੋਹੇ ਦੀ ਵਰਤੋਂ ਕੋਬਰ ਗੈਸ ਪਲਾਂਟ ਦੇ ਰਾਹੀਂ ਠੀਕ ਹੈ ਉਸ ਨੂੰ ਜਜ਼ਬ ਕਰਦੇ ਨੇ ਤੇ ਗੋਹੇ ਦੀ ਮਦਦ ਨਾਲ ਮਤਲਬ ਜਿਵੇਂ ਆਪਣੀ ਦੂਸਰਾ ਚੁੱਲਾ ਹੁੰਦਾ ਗੈਸ ਆਪਾਂ ਬਾਹਰ ਉਪਰਵਾਉਣੀ ਆ ਠੀਕ ਹੈ ਨਾ ਜਿਵੇਂ ਇੰਡੀਅਨ ਜਾਂ ਇੰਡੇਨ ਗੈਸ ਹੋ ਗਿਆ ਜਾਂ ਹੋਰ ਭਾਰਤ ਗੈਸ ਹੋ ਗਿਆ ਇਸ ਤਰ੍ਹਾਂ ਉਸ ਤਰ੍ਹਾਂ ਹੀ ਸੇਮ ਹੀ ਬਿਲਕੁਲ ਡੇਟੋ ਆਪਣੇ ਗੋਬਰ ਗੈਸ ਪਲਾਂਟ ਉਸ ਤਰ੍ਹਾਂ ਹੀ ਚੁੱਲਾ ਹੁੰਦਾ ਹੈ ਉਸ ਤਰ੍ਹਾਂ ਹੀ ਉਹ ਜਿਹੜੇ ਦੂਸਰੇ ਗੈਸ ਨੇ ਐਲ ਪੀ ਜੀ ਉਸ ਤਰ੍ਹਾਂ ਹੀ ਚੱਲਦੇ ਨੇ ਠੀਕ ਹੈ ਨਾ ਸੋ ਉਸ ਤਰ੍ਹਾਂ ਵਰਤੋਂ ਇਸ ਦੀ ਹੋਣ ਲੱਗੀ ਆ ਤੇ ਉਹ ਸਿਹਤ ਵਾਸਤੇ ਵੀ ਮਤਲਬ ਬਹੁਤ ਵਧੀਆ ਹੁੰਦਾ ਹੈ ਜਿਹੜੇ ਬਾਕੀ ਆਪਾਂ ਦੇਖਦੇ ਆਂ ਵੀ ਦੂਸਰਾ ਗੈਸ ਹੈ ਉਹ ਥੋੜਾ ਸੇਤਲੀ ਖਾਨੀ ਕਰਕੇ ਪਰ ਇਹ ਸੇਤਲੀ ਬਹੁਤ ਵਧੀਆ ਪਿੰਡਾਂ ਨੇ ਕਿਹੋ ਜੀ ਤਰੱਕੀ ਕਰ ਲਈ ਹੈ ਬੱਚੇ ਬਹੁਤ ਤਰ੍ਹਾਂ ਦੀ ਤਰੱਕੀ ਕਰ ਲਈ ਹੈ ਜਿਵੇਂ ਆਪਾਂ ਦੇਖਦੇ ਆਂ ਵੀ ਪਹਿਲਾਂ ਥੋੜਾ ਲਾਈਟ ਦੀ ਸਮੱਸਿਆ ਸੀ ਹੁਣ ਜਿਹੜਾ ਲਾਈਟ ਆਉਣ ਲੱਗ ਗਈ ਪਿੰਡਾਂ ਦੇ ਵਿੱਚ ਸੜਕਾਂ ਵਧੀਆ ਹੋ ਗਈਆਂ ਪਹਿਲਾਂ ਨਹੀਂ ਸੜਕਾਂ ਵਧੀਆ ਹੁੰਦੀਆਂ ਸੀ ਹੁਣ ਥੂੜ ਮਿੱਟੀ ਨਹੀਂ ਉੱਪਤੀ ਸੜਕਾਂ ਬਣ ਗਈਆਂ ਠੀਕ ਹੈ ਨੇ ਜਿਵੇਂ ਗੋਬਰ ਗੈਸ ਪਲਾਂਟ ਦੀ ਵੀ ਆਪਾਂ ਨੇ ਗੱਲ ਕੀਤੀ ਹੈ ਸੋ ਇਸ ਤਰ੍ਹਾਂ ਬਹੁਤ ਬਹੁਤ ਸਾਰੀਆਂ ਜਿਹੜੀਆਂ ਹੋਰ ਆਪਾਂ ਦੇਖਦੇ ਆਂ ਤਰੱਕੀ ਠੀਕ ਹੈ ਸੁਵਿਧਾਵਾਂ ਨੇ ਪਿੰਡ ਦੇ ਵਿੱਚ ਉਹ ਹੁਣ ਲੱਗ ਗਈਆਂ ਠੀਕ ਹੈ ਨਾ ਖੇਤੀਬਾੜੀ ਆਧੁਨਿਕ ਢੰਗ ਨਾਲ ਹੋਣ ਲੱਗ ਗਈ ਆ ਅੱਗੇ ਆ ਗਿਆ ਦੀਪ ਦੇ ਤਾਇਆ ਜੀ ਕਿਸ ਦੀਆਂ ਹਦਾਇਤਾਂ ਅਨੁਸਾਰ ਖੇਤੀ ਕਰਦੇ ਸਨ ਆਪਾਂ ਦੇਖਿਆ ਵੀ ਉਹਨਾਂ ਦੇ ਤਾਇਆ ਜੀ ਖੇਤੀਬਾੜੀ ਯੂਨੀਵਰਸਿਟੀ ਜਿਹੜੀ ਪਣੀ ਹੋਈ ਹੈ ਠੀਕ ਹੈ ਲੁਧਿਆਣੀ ਉਹਨਾਂ ਦੀ ਹਦਾਇਤਾਂ ਦੇ ਅਨੁਸਾਰ ਕੀਤੀ ਕਰਦੇ ਸਨ ਦੀਪ ਨੇ ਦਰਿਆ ਉੱਤੇ ਕੀ ਦੇਖਿਆ ਤੁਹਾਨੂੰ ਪਤਾ ਵੀ ਦੀਪ ਪੂਰੀ ਘੁੰਮਣ ਗਏ ਹੋਏ ਸੀਗੇ ਠੀਕ ਹੈ ਦਰਿਆ ਦੇ ਉੱਪਰ ਘੁੰਮਣ ਚਲੇ ਜਾਂਦੇ ਸਨ ਉਹ ਤਾਂ ਦੇਖਿਆ ਵੀ ਉਹ ਜਦੋਂ ਪਣ ਚੱਕੀ ਲੱਗੀ ਦੇਖੀ ਉੱਥੇ ਠੀਕ ਹੈ ਤੇਲ ਕੱਢਣ ਵਾਲੀ ਚੱਕੀ ਵੀ ਦੇਖੀ ਉੱਥੇ ਠੀਕ ਹੈ ਜੋ ਇੱਕ ਸੰਗੀਤ ਪੈਦਾ ਕਰਦੀ ਐ ਸਾਨਿਕ ਹਾਲਾਗ ਤਰ੍ਹਾਂ ਨਾਲ ਠੀਕ ਹੈ ਨੇੜੇ ਹੀ ਉੱਥੇ ਪੋਲਟਰੀ ਫਾਰਮ ਸੀ ਜਿੱਥੇ ਮਤਲਬ ਆਂਡੇ ਕੁਕੜੀਆਂ ਰੱਖੀਆਂ ਜਾਂਦੀਆਂ ਨੇ ਮੁਰਗੀਆਂ ਰੱਖੀਆਂ ਜਾਂਦੀਆਂ ਨੇ ਹੈਨਾ ਫਿਰ ਉਸ ਤੋਂ ਬਾਅਦ ਅੱਗੇ ਦੇਖਿਆ ਬੱਚੇ ਆਪਾਂ ਨੇ ਆਪਰੇਸ਼ਨ ਦੇਖਦੇ ਹਾਂ ਦਾਦੀ ਜੀ ਨੇ ਗੱਡੀ ਵਿੱਚ ਕੀ ਕੁਝ ਰਖਵਾਇਆ ਜਦੋਂ ਵਾਪਸ ਆਉਣ ਲੱਗੇ ਸੀ ਤਾਂ ਦਾਦੀ ਜੀ ਨੇ ਗੰਨੀ ਸਾਗ ਮੱਕੀ ਦਾ ਆਟਾ ਤਾਲਾਂ ਤੇ ਕਣਕ ਆਦ ਗੱਡੀ ਵਿੱਚ ਰਖਵਾਈ ਠੀਕ ਹੈ ਨਾ ਤੇ ਆ ਜੋ ਫਿਰ ਅੱਗੇ ਆਪਾਂ ਦੇਖੀ ਵਾਕਾਂ ਵਿੱਚ ਵਰਤੋ ਤਰੱਕੀ ਆਪਾਂ ਕਹਾਂਗੇ ਵੀ ਪਿੰਡਾਂ ਨੇ ਹੁਣ ਬਹੁਤ ਤਰੱਕੀ ਕਰ ਲਈ ਹੈ ਅ ਸੋ ਕੁਸਮੂਸੀ ਨੋ ਪੱਗੇ ਵਾਕਾਂ ਵਿੱਚ ਵਰਤਦੇ ਆ ਠੀਕ ਹੈ ਨਾ ਜਿਵੇਂ ਦੇਖਿਆ ਵੀ ਉਹ ਸ਼ਾਮ ਨੂੰ ਕੁਸਮੂਸੇ ਤੱਕ ਪਿੰਡ ਪਹੁੰਚ ਕੇ ਸਨ ਵੀ ਜਦੋਂ ਰਾਤ ਨਹੀਂ ਪਈ ਹੁੰਦੀ ਤਕਰੀਬਨ ਰਾਤ ਪੈਣ ਵਾਲੀ ਹੁੰਦੀ ਹੈ ਇੰਤਜ਼ਾਮ ਆਪਾਂ ਕਹਾਂਗੇ ਵੀ ਕੋਈ ਵੀ ਬਣਾ ਸਕਦੇ ਆਪਾਂ ਵਾਕਾਂ ਵਿੱਚ ਵਰਤੋ ਇੰਤਜ਼ਾਮ ਕਰਨਾ ਆਪਾਂ ਕਹਾਂਗੇ ਵੀ ਉਹਨਾਂ ਨੇ ਵਿਆਹ ਵਾਲੇ ਦਿਨ ਬਹੁਤ ਚੰਗਾ ਇੰਤਜ਼ਾਮ ਕੀਤਾ ਹੋਇਆ ਸੀ ਠੀਕ ਹੈ ਟਪੂਸੀਆਂ ਆਪਾਂ ਦੇਖਾਂਗੇ ਵੀ ਦਰਖਤ ਦੇ ਉੱਪਰ ਬਾਂਦਰ ਟਪੂਸੀਆਂ ਟੱਪਣਾ ਹਨਾ ਟਪੂਸੀਆਂ ਮਾਰ ਰਹੀ ਸਨ ਸਰਸਰਾਹਟ ਪਾਣੀ ਦੀ ਸਰਸਰਾਹਟ ਇੱਕ ਅਲੱਗ ਜਿਹੜਾ ਸੰਗੀਤ ਹੁੰਦਾ ਹੈ ਨਾ ਆਪਾਂ ਕਹਾਂਗੇ ਵੀ ਪਾਣੀ ਵਿੱਚੋਂ ਬਹੁਤ ਸਰਸਰਾਹਟ ਦੀ ਆਵਾਜ਼ ਆ ਰਹੀ ਸੀ ਜਾਂ ਆਪਾਂ ਕਹਾਂਗੇ ਹਾਂ ਵੀ ਮੈਨੂੰ ਕੋਈ ਸਰਸਰਾਹਟ ਦੀ ਆਵਾਜ਼ ਆ ਰਹੀ ਹੈ ਜੈਵਿਕ ਆਪਾਂ ਕਹਾਂਗੇ ਵੀ ਜੈਵਿਕ ਢੰਗ ਨਾਲ ਖੇਤੀ ਹੈ ਜਿਹੜੀ ਉਹ ਅੱਜ ਕੱਲ੍ਹ ਹੋਣ ਲੱਗ ਪਈ ਹੈ ਜਿਹੜੀਆਂ ਦੂਸਰੀ ਜ਼ਹਿਰੀਲੀਆਂ ਖਾਦਾਂ ਨਹੀਂ ਜਿਹੜੀਆਂ ਉਹ ਨਹੀਂ ਹੈ ਪਾਈਆਂ ਜਾ ਰਹੀਆਂ ਠੀਕ ਹੈ ਨਾ ਸੋ ਇਹ ਸੰ ਆਪਣੇ ਵਾਕਾਂ ਵਿੱਚ ਵਰਤੋ ਬੱਚਿਓ ਤੇ ਪ੍ਰਸ਼ਨ ਉੱਤਰ